ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 6 ਪੋ ਦੇ ਰਾਤ ਨੂੰ ਆਨੰਦਪੁਰ ਸਾਹਿਬ ਦਾ ਆਨੰਦਗੜ੍ਹ ਕਿਲਾ ਖਾਲੀ ਕੀਤਾ ਤਾਂ ਉਸ ਸਮੇਂ ਕਿਲੇ ਦੇ ਅੰਦਰ ਬੇਸਮਾਰ ਧਨ ਦੌਲਤ ਖਜ਼ਾਨੇ ਦਾ ਕੀ ਕੀਤਾ ਗਿਆ ਤੇ ਉਹ ਖਜ਼ਾਨਾ ਸਿੱਖਾਂ ਵਿੱਚ ਕਿਉਂ ਨਹੀਂ ਵੰਡਿਆ ਗਿਆ ਦੇ ਸਮਾਰ ਹਥਿਆਰਾਂ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ ਵੱਡੀਆਂ-ਵੱਡੀਆਂ ਤੋਪਾਂ ਦਾ ਉਹਨਾਂ ਨੇ ਕੀ ਕੀਤਾ ਕਿਲਾ ਛੱਡਣ ਤੋਂ ਪਹਿਲਾਂ ਗੁਰੂ ਸਾਹਿਬ ਉਸ ਦਿਨ ਆਨੰਦਪੁਰ ਦੀ ਕਿਹੜੀ-ਕਿਹੜੀ ਜਗ੍ਹਾ ਤੇ ਗਏ ਆਖਰੀ ਗੇੜਾ ਉਹਨਾਂ ਨੇ ਕਿੱਥੇ-ਕਿੱਥੇ ਮਾਰਿਆ ਤੇ ਸਭ ਤੋਂ ਮਹੱਤਵਪੂਰਨ ਕਿ ਉਹਨਾਂ ਨੇ ਆਪਣੇ ਜਥੇ ਦੀ ਤਿਆਰੀ ਕਿਸ ਤਰ੍ਹਾਂ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰੀ ਸੁਣਨਾ ਕਿਉਂਕਿ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਇਤਿਹਾਸ ਨਾਲ ਸੰਬੰਧਿਤ ਹੈ ਜਿਵੇਂ ਕਿ ਤਾਂ ਸਾਰਿਆਂ ਨੂੰ ਪਤਾ ਹੈ ਕਿ 6 ਪੋ ਦੀ ਰਾਤ ਨੂੰ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਤੇ ਸਿੱਖਾਂ ਦੇ ਸਮੇਤ ਆਨੰਦਪੁਰ ਦਾ ਕਿਲਾ ਖਾਲੀ ਕਰ ਦਿੱਤਾ ਤੇ ਉਥੋਂ ਕਿਲਾ ਛੱਡ ਕੇ ਚਲੇ ਗਏ। ਭਾਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਕਿਲਾ ਖਾਲੀ ਨਹੀਂ ਕਰਨਾ ਚਾਹੁੰਦੇ ਸਨ ਕਿਉਂਕਿ ਉਹ ਦੁਸ਼ਮਣਾਂ ਦੀਆਂ ਨੀਤੀਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਸਨ। ਉਹ ਜਾਣਦੇ ਸਨ ਕਿ ਜਿਵੇਂ ਹੀ ਉਹਨਾਂ ਨੇ ਕਿਲਾ ਖਾਲੀ ਕੀਤਾ ਤਾਂ ਪਿੱਛੋਂ ਦੀ ਵਾਰ ਜ਼ਰੂਰ ਕਰਨਗੇ। ਸਿੱਖਾਂ ਦੇ ਹਾਲਾਤ ਉਸ ਸਮੇਂ ਕਿਹੋ ਜੇ ਬਣ ਚੁੱਕੇ ਸੀ ਤੇ ਕਿੰਨਾ ਦੇ ਬੇਨਤੀ ਕਰਨ ਕਰਕੇ ਗੁਰੂ ਸਾਹਿਬ ਨੇ ਕਿਹੜੀਆਂ ਸਥਿਤੀਆਂ ਨੂੰ ਦੇਖਦੇ ਹੋਏ ਕਿਲਾ ਖਾਲੀ ਕੀਤਾ ਇਸ ਦੀ ਵੀਡੀਓ ਅਲੱਗ ਤੋਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਗੱਲ ਕਰਦੇ ਹਾਂ ਕਿ ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੁਝ ਕੀਤਾ ਜਦੋਂ ਇਹ ਫੈਸਲਾ ਲੈ ਲਿਆ ਗਿਆ ਕਿ ਅੱਜ ਆਨੰਦਪੁਰ ਦਾ ਕਿਲਾ ਖਾਲੀ ਕਰਨਾ ਹੈ ਤਾਂ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਦੇ ਅਨੁਸਾਰ ਹਥਿਆਰਾਂ ਨੂੰ ਤਿਆਰ ਕਰਨਾ ਸ਼ੁਰੂ ਕੀਤਾ ਗਿਆ। ਹਥਿਆਰਾਂ ਦੀ ਸਫਾਈ ਕੀਤੀ ਗਈ, ਬੰਦੂਕਾਂ ਸਾਫ਼ ਕੀਤੀਆਂ ਗਈਆਂ ਕਿਉਂਕਿ ਇਹਨਾਂ ਦੀ ਅੱਗੇ ਚੱਲ ਕੇ ਬਹੁਤ ਲੋਡ ਪੈਣੀ ਸੀ। ਗੁਰੂ ਗੋਬਿੰਦ ਸਿੰਘ ਜੀ ਨਹੀਂ ਸੀ ਚਾਹੁੰਦੇ ਕਿ ਉਹਨਾਂ ਦੀ ਕੋਈ ਵੀ ਕੀਮਤੀ ਚੀਜ਼ ਉਹਨਾਂ ਦੇ ਦੁਸ਼ਮਣਾਂ ਦੇ ਹੱਥ ਲੱਗੇ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਬੇਸਮਾਰ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਜੋ ਖਜ਼ਾਨਾ ਮੌਜੂਦ ਸੀ ਉਸ ਨੂੰ ਸਭ ਤੋਂ ਪਹਿਲਾਂ ਸਤਲੁਜ ਦਰਿਆ ਦੇ ਵਿੱਚ ਬਹਾ ਦਿੱਤਾ ਜਿਨ੍ਹਾਂ ਦੇ ਵਿੱਚ ਸੋਨੇ ਚਾਂਦੀ ਦੇ ਬਰਤਨ ਹੋਰ ਬੇਸਮਾਰ ਕੀਮਤੀ ਬਹੁਮੁੱਲੀਆਂ ਕੀਮਤੀ ਚੀਜ਼ਾਂ ਜੋ ਕਿ ਵਿਦੇਸ਼ਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਲਈ ਤੋਹਫੇ ਦੇ ਵਜੋਂ ਭੇਂਟ ਕੀਤੀਆਂ ਗਈਆਂ ਸੀ ਮਹਾਰਾਜਿਆਂ ਦੇ ਵੱਲੋਂ ਉਹਨਾਂ ਨੂੰ ਵੀ ਤੇ ਹੋਰ ਗੁਰੂ ਗੋਬਿੰਦ ਸਿੰਘ ਜੀ پاس ਜੋ ਵੀ ਸਿੱਖ ਸੰਗਤਾਂ ਦੇ ਕੋਲ ਉਸ ਸਮੇਂ ਬਹੁ ਕੀਮਤੀ ਚੀਜ਼ਾਂ ਸਨ ਉਹਨਾਂ ਨੂੰ ਸਤਲੁਜ ਦਰਿਆ ਦੇ ਵਿੱਚ ਬਹਾ ਦਿੱਤਾ ਗਿਆ ਇਸ ਤਰ੍ਹਾਂ ਸੋਨਾ ਚਾਂਦੀ ਹੀਰੇ ਮੋਤੀ ਜਵਾਹਰਾਤ ਜੋ ਵੀ ਬੇਸਮਾਰ ਬਹੁਮੁੱਲਾ ਖਜ਼ਾਨਾ ਉਸ ਸਮੇਂ ਕਿਲੇ ਦੇ ਅੰਦਰ ਸੀ ਗੁਰੂ ਜੀ ਨਹੀਂ ਚਾਹੁੰਦੇ ਸਨ ਕਿ ਉਹ ਉਹਨਾਂ ਦੇ ਦੁਸ਼ਮਣਾਂ ਦੇ ਹੱਥ ਲੱਗੇ ਇਸ ਲਈ ਉਹ ਸਾਰਾ ਸਤਲੁਜ ਦੀ ਪੇਂਟ ਚੜਾ ਦਿੱਤਾ ਗਿਆ ਉਸ ਤੋਂ ਬਾਅਦ ਗੁਰੂ ਜੀ ਕੋਲ ਉਹਨਾਂ ਦੀਆਂ ਮਨਪਸੰਦ ਚਾਰ ਤੋਪਾਂ ਉਹਨਾਂ ਨੂੰ ਵੀ ਸਤਲੋਜ ਦਰਿਆ ਦੇ ਪੇਂਟ ਚੜਾ ਦਿੱਤਾ ਗਿਆ ਕਿਉਂਕਿ ਗੁਰੂ ਸਾਹਿਬ ਜਾਣਦੇ ਸਨ ਕਿ ਦੁਸ਼ਮਣ ਉਹਨਾਂ ਦਾ ਪਿੱਛਾ ਕਰਨਗੇ ਇਹ ਹੀ ਤੋਪਾਂ ਸਿੱਖਾਂ ਦੇ ਲਈ ਨੁਕਸਾਨਦਾਇਕ ਵੀ ਬਣ ਸਕਦੀਆਂ ਸਨ ਜੇਕਰ ਉਹ ਮੁਗਲਾਂ ਦੇ ਹੱਥ ਲੱਗ ਜਾਂਦੀਆਂ ਇਨ੍ਹਾਂ ਹੀ ਤੋਪਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਮਨਪਸੰਦ ਤੋਪਾਂ ਇਨ੍ਹਾਂ ਤੋਪਾਂ ਦੇ ਨਾਮ ਨਹੀਂਗਣ ਵਾਗਣ ਤੇ ਸੱਤੂਜੀਤ ਇਹਨਾਂ ਨੂੰ ਵੀ ਪਾਣੀ ਦੀ ਪੇਂਡ ਚੜਾ ਦਿੱਤਾ ਗਿਆ ਵਿਦੇਸ਼ਾਂ ਤੋਂ ਆਏ ਗੁਰੂ ਗੋਬਿੰਦ ਸਿੰਘ ਜੀ ਦੇ ਲਈ ਤੋਹਫੇ ਜਿਨ੍ਹਾਂ ਦੇ ਵਿੱਚੋਂ ਗਰਜਨੀ ਤੋਂ ਆਏ ਬੇਸ਼ੁਮਾਰ ਬਹੁਮੁੱਲੇ ਤੇ ਮਖਮਲੀ ਪਰਦੇ ਕਨਾਤਾਂ ਤੇ ਹੋਰ ਬਹੁਤ ਜ਼ਿਆਦਾ ਕੀਮਤੀ ਵਸਤਰਾਂ ਨੂੰ ਅਗਨੀ ਪੇਂਡ ਚੜਾ ਦਿੱਤਾ ਗਿਆ ਉਹ ਇੱਕ ਰਾਤ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਬੇਸਮਾਰ ਯਾਦਗਾਰ ਚੀਜ਼ਾਂ ਨੂੰ ਉਸ ਰਾਤ ਨੇ ਖਾ ਲਿਆ ਤੇ ਜਿਨ੍ਹਾਂ ਨੂੰ ਅਸੀਂ ਦੇਖ ਤੱਕ ਨਹੀਂ ਸਕੇ ਉਸ ਇੱਕ ਕਾਲੀ ਬੋਲੀ ਰਾਤ ਨੇ ਸਿੱਖਾਂ ਦੇ ਗੁਰੂਆਂ ਇਤਿਹਾਸ ਨਾਲ ਸੰਬੰਧਿਤ ਚੀਜ਼ਾਂ ਨੂੰ ਯਾਦਾਂ ਨੂੰ ਸਾਡੇ ਤੋਂ ਹਮੇਸ਼ਾ ਦੇ ਲਈ ਲੁਕੋ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ 52 ਕਵੀ ਹੋਇਆ ਕਰਦੇ ਸਨ ਤੇ ਇਹਨਾਂ 52 ਕਵੀਆਂ ਦੀਆਂ ਲਿਖਤਕਾਰਾਂ ਵੀ ਉਸ ਵੇਲੇ ਆਨੰਦਗੜ੍ਹ ਦੇ ਕਿਲੇ ਵਿੱਚ ਮੌਜੂਦ ਸਨ। ਇਹ ਸਾਰੇ ਕਵੀਆਂ ਦੀਆਂ ਇਹ ਲਿਖਤਕਾਰਾਂ ਵਿਦਿਆਤਰ ਨਾਮਕ ਗ੍ਰੰਥ ਦੇ ਵਿੱਚ ਦਰਜ ਸਨ ਤੇ ਉਹ ਗ੍ਰੰਥ ਦਾ ਵਜ਼ਨ 360 ਕਿਲੋ ਦੇ ਕਰੀਬ ਸੀ। ਉਹਨਾਂ ਦੀਆਂ ਉਹ ਸਾਰੀਆਂ ਲਿਖਤਾਂ ਨੂੰ ਵੀ ਦਰਿਆ ਦੀ ਪਿੰਡ ਚੜਾ ਦਿੱਤਾ ਗਿਆ। ਅੱਜ ਵੀ ਅਸੀਂ ਭਾਈ ਨੰਦ ਲਾਲ ਤੇ ਸੈਨਾਪਤ ਨਾਮਕ ਦੋ ਲੇਖਤਕਾਰ ਕਵੀ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੋਇਆ ਕਰਦੇ ਸਨ ਉਹਨਾਂ ਦੀਆਂ ਲਿਖਤਾਂ ਅਸੀਂ ਅੱਜ ਵੀ ਪੜ੍ਹਦੇ ਹਾਂ ਤੇ ਬਾਕੀ ਦੇ 50 ਕਵੀ ਜਿਨ੍ਹਾਂ ਦੀਆਂ ਲੇਖਤਕਾਰਾਂ ਉਸ ਗ੍ਰੰਥ ਦੇ ਵਿੱਚ ਸ਼ਾਮਲ ਸਨ ਉਹ ਸਾਡੇ ਲਈ ਇੱਕ ਇਤਿਹਾਸ ਗੁੰਮਿਆ ਹੋਇਆ ਇਤਿਹਾਸ ਬਣ ਕੇ ਰਹਿ ਗਈਆਂ ਜਿਨ੍ਹਾਂ ਦੀਆਂ ਲੇਖਤਕਾਰਾਂ ਸਾਡੇ ਤੱਕ ਕਦੀ ਨਹੀਂ ਪਹੁੰਚ ਸਕੀਆਂ ਇਹ ਇੱਕ ਰਾਤ ਸਾਡੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਦਰਦਨਾਕ ਰਾਤ ਹੈ ਕਿਉਂਕਿ ਇਹ ਸਾਡੇ ਗੁਰੂ ਸਾਹਿਬ ਨਾਲ ਸੰਬੰਧਤ ਬਹੁਤ ਜ਼ਿਆਦਾ ਇਤਿਹਾਸ ਖਾ ਗਈ ਆਪਣੇ ਨਾਲ ਲੈ ਗਈ ਤੇ ਗੁਰੂ ਸਾਹਿਬ ਨੇ ਇਹ ਸਭ ਕੋ ਜ ਸਮੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਕੀਤਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਸਾਰਾ ਧਨ ਖਜ਼ਾਨਾ ਪਾਣੀ ਦੀ ਪਿੰਡ ਚੜਾਉਣ ਦਾ ਫੈਸਲਾ ਕੀਤਾ ਤਾਂ ਮਾਤਾ ਗੁਜਰਕੌਰ ਜੀ ਦੇ ਬੇਨਤੀ ਕਰਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਉਹ ਇਹ ਧਨ ਸਿੱਖਾਂ ਨੂੰ ਇਸ ਲਈ ਨਹੀਂ ਦਿੰਦੇ ਕਿਉਂਕਿ ਉਹ ਧਨ ਦੇ ਬਦਲੇ ਉਹਨਾਂ ਦੇ احਸਾਨ ਨੂੰ ਛੋਟਾ ਨਹੀਂ ਕਰਨਾ ਚਾਹੁੰਦੇ ਸਿੱਖਾਂ ਨੇ ਉਹਨਾਂ ਲਈ ਜੋ ਕੀਤਾ ਉਸ ਦਾ ਕਦੇ ਵੀ ਮੁੱਲ ਨਹੀਂ ਪਾਇਆ ਜਾ ਸਕਦਾ ਗੁਰੂ ਜੀ ਜਾਣਦੇ ਸਨ ਕਿ ਜਿਸ ਤਰ੍ਹਾਂ ਸਿੱਖ ਸੰਗਤਾਂ ਉਹਨਾਂ ਲਈ ਸਭ ਕੁਝ ਹਨ ਉਸ ਤਰ੍ਹਾਂ ਸਿੱਖਾਂ ਲਈ ਵੀ ਉਹਨਾਂ ਦੇ ਗੁਰੂ ਪਿਤਾ ਹੀ ਸਭ ਕੁਝ ਸਨ ਇਹੀ ਕਾਰਨ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਸਾਰਾ ਧਨ ਸਿੱਖਾਂ ਵਿੱਚ ਨਾ ਵੰਡ ਕੇ ਪਾਣੀ ਦੀ ਪਿੰਡ ਚੜਾਉਣਾ ਹੀ ਸਹੀ ਸਮਝਿਆ ਸਭ ਕੁਝ ਦਰਿਆ ਵਿੱਚ ਬਹਾ ਦਿੱਤਾ ਸਾਡੇ ਸਿੱਖ ਇਤਿਹਾਸ ਵਿੱਚ ਇਹ ਦਰਜ ਹੈ ਕਿ ਜਿਉਂ-ਜਿਉਂ ਉਹ ਦਿਨ ਬੀਤ ਰਿਹਾ ਸੀ ਤਾ ਉਸੇ ਤਰ੍ਹਾਂ ਹੀ ਆਨੰਦਪੁਰ ਦੀਆਂ ਗਲੀਆਂ ਵੀ ਸੁੰਨਸਾਨ ਹੁੰਦੀਆਂ ਜਾ ਰਹੀਆਂ ਸਨ ਆਲੇ-ਦੁਆਲੇ ਦਾ ਵਾਤਾਵਰਣ ਤੇ ਆਨੰਦਪੁਰ ਦੀਆਂ ਗਲੀਆਂ ਇੰਜ ਜਾਪ ਰਹੀਆਂ ਸਨ ਜਿਵੇਂ ਕਿ ਉਹ ਫਰਿਆਦ ਲਗਾ ਰਹੀਆਂ ਹੋਣ ਕਿ ਉਹਨਾਂ ਦੇ ਗੁਰੂ ਪਿਤਾ ਉਹਨਾਂ ਨੂੰ ਛੱਡ ਕੇ ਨਾ ਜਾਣ ਉਸ ਦਿਨ ਤੇ ਦੁਪਹਿਰ ਹੋਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੰਦਪੁਰ ਦੀਆਂ ਗਲੀਆਂ ਵੱਲ ਨੂੰ ਚੁੱਪਚਾਪ ਆਪਣੇ ਦੋ ਸਿੰਘਾਂ ਦੇ ਨਾਲ ਤੁਰ ਪਏ ਗੁਰੂ ਜੀ ਗਲੀਆਂ ਵਿੱਚ ਤੁਰੇ ਜਾ ਰਹੇ ਸਨ ਤੇ ਉਹਨਾਂ ਦੇ ਜਵਾਨ ਤੇ ਸਿਰਫ ਚੁੱਪ ਸੀ ਆਨੰਦਪੁਰ ਦੀਆਂ ਉਹ ਗਲੀਆਂ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਬਚਪਨ ਖੇਡਿਆ ਜਿੱਥੇ 24 ਘੰਟੇ ਲੰਗਰ ਵਰਤਾਇਆ ਜਾਂਦਾ ਸੀ ਲੰਗਰ ਲੱਗੇ ਰਹਿੰਦੇ ਸਨ ਅੱਜ ਉਹ ਗਲੀਆਂ ਸੁੰਨ ਜਾਪ ਰਹੀਆਂ ਸਨ ਆਪਣੇ ਸਿੰਘਾਂ ਦੇ ਨਾਲ ਤੁਰਦੇ ਤੁਰਦੇ ਗੁਰੂ ਸਾਹਿਬ ਸੀਸਗੰজਸ탄 ਤੇ ਰੁਕ ਗਏ ਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ੀਸ਼ ਦਾ ਬਹੁਤ ਹੀ ਸਤਕਾਰ ਤੇ ਧਰਮਾਂ ਦੀ ਰੀਤੀ ਰਿਵਾਜਾਂ ਅਨਸਾਰ ਸੰਸਕਾਰ ਕੀਤਾ ਸੀ ਉਸ ਜਗ੍ਹਾ ਤੇ ਜਾ ਕੇ ਗੁਰੂ ਸਾਹਿਬ ਦੇ ਪੈਰ ਰੁਕ ਜਾਂਦੇ ਨੇ ਸਿੰਘਾਂ ਦੇ ਸਮੇਤ ਗੁਰੂ ਸਾਹਿਬ ਜੀ ਹੱਥ ਜੋੜ ਕੇ ਗੁਰੂ ਤੇਗ ਬਹਾਦਰ ਜੀ ਦੇ ਅੱਗੇ ਬੇਨਤੀ ਕਰਦੇ ਨੇ ਅਰਦਾਸ ਕਰਦੇ ਨੇ ਤੇ ਉਹਨਾਂ ਤੋਂ ਬ੍ਰਾਗਮਈ ਵਿਚਾਰਾਂ ਦੇ ਨਾਲ ਤਾਰਦ ਪਰੇ ਵਿਚਾਰਾਂ ਦੇ ਨਾਲ ਵਿਦਾ ਲੈਣ ਦੀ ਆਗਿਆ ਮੰਗਦੇ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੰਸਕਾਰ ਤੋਂ ਬਾਅਦ 30 ਸਾਲ ਹੋ ਚੁੱਕੇ ਸਨ ਜਦੋਂ ਅੱਜ ਉਹ ਵਕਤ ਸੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਦੁਸ਼ਮਣਾਂ ਦੇ ਕਾਰਨ ਉਹਨਾਂ ਨੂੰ ਆਨੰਦਪੁਰ ਛੱਡਣਾ ਪੈ ਰਿਹਾ ਸੀ ਤੇ ਉਹਨਾਂ ਨੇ ਸੀਸਗੰਜ ਤੋਂ ਵਾਪਸ ਮੁੜਦੇ ਹੋਏ ਭਾਈ ਗੁਰਵਖਸ ਦਾਸ ਇੱਕ ਵਿਅਕਤੀ ਨੂੰ ਸੀਸਗੰਜ ਸਾਹਿਬ ਜਗਾ ਦੀ ਜ਼ਿੰਮੇਵਾਰੀ ਦਿੱਤੀ ਤਾਂ ਕਿ ਉਹ ਉਥੋਂ ਦੀ ਸਾਫ ਸਫਾਈ ਕਰ ਸਕਣ ਤੇ ਸਾਮ ਸੰਭਾਲ ਰੱਖ ਸਕਣ ਜਿਨਾਂ ਆਪਣੇ ਪਿਤਾ ਦੇ ਸੰਸਕਾਰ ਵਾਲੀ ਜਗਾ ਦੀ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਗੁਰੂ ਜੀ ਵਾਪਸ ਆਨੰਦਪੁਰ ਕਿਲੇ ਵਿੱਚ ਆ ਜਾਂਦੇ ਹਨ ਤੇ ਵਾਪਸ ਆ ਕੇ ਗੁਰੂ ਸਾਹਿਬ ਆਪਣੇ ਜਥੇ ਦੀ ਤਿਆਰੀ ਸ਼ੁਰੂ ਕਰ ਦਿੰਦੇ ਨੇ ਗੁਰੂ ਸਾਹਿਬ ਦੇ ਜਥੇ ਵਿੱਚ ਜੋ ਸਿੰਘ ਉਨ੍ਹਾਂ ਦੀ ਸੈਨਾ ਦੇ ਸਿੰਘ ਸਨ ਉਹਨਾਂ ਨੂੰ ਹਥਿਆਰਾਂ ਦੇ ਨਾਲ ਲੈਸ ਕਰ ਦਿੱਤਾ ਜਾਂਦਾ ਆਪਣੇ ਜਥੇਰੇ ਨਾਲ ਹਥਿਆਰਾਂ ਨੂੰ ਨਾਲ ਲੈ ਕੇ ਜਾਣਾ ਜ਼ਰੂਰੀ ਗੁਰੂ ਸਾਹਿਬ ਨੇ ਇਸ ਲਈ ਸਮਝਿਆ ਕਿਉਂਕਿ ਉਹ ਭਲੀ ਭਾਤੀ ਜਾਣਦੇ ਸਨ ਕਿ ਦੁਸ਼ਮਣਾਂ ਦੇ ਟਾਕਰੇ ਉਹਨਾਂ ਨੇ ਇਹਨਾਂ ਹਥਿਆਰਾਂ ਦੇ ਨਾਲ ਹੀ ਕਰਨੇ ਨੇ ਤਰਪਾਨਾ ਜਿਨ੍ਹਾਂ ਨਾਲ ਉਹਨਾਂ ਨੇ ਆਪਣੇ ਦੁਸ਼ਮਣਾਂ ਦੇ ਘਾਟੇ ਲਾਉਣੇ ਸਨ ਬਰਸ਼ੇ ਨੇਜੇ ਢਾਲਾਂ ਤੇ ਬੰਦੂਕਾਂ ਇਹ ਸਾਰੀਆਂ ਉਹਨਾਂ ਦੇ ਜੰਦ ਦੇ ਦੌਰਾਨ ਉਹਨਾਂ ਦੇ ਕੰਮ ਆਉਣ ਵਾਲੇ ਹਥਿਆਰ ਸਨ ਇਸ ਲਈ ਗੁਰੂ ਜੀ ਨੇ ਬਾਕੀ ਦੀ ਕੋਈ ਵੀ ਹੋਰ ਬਹੁਮੁੱਲੀ ਕੀਮਤੀ ਚੀਜ਼ ਆਪਣੇ ਨਾਲ ਇਸ ਲਈ ਨਹੀਂ ਰੱਖੀ ਸਭ ਤੋਂ ਪਹਿਲਾਂ ਉਹ ਜਥਾ ਤਿਆਰ ਕੀਤਾ ਜਾਂਦਾ ਜਿਸ ਵਿੱਚ ਮਾਤਾ ਗੁਜਰਕੌਰ ਜੀ ਛੋਟੇ ਸਹਬਜ਼ਾਦੇ ਤੇ ਆਮ ਸਿੱਖ ਔਰਤਾਂ ਮਾਤਾ ਸਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ ਇਹਨਾਂ ਦੇ ਜਥੇ ਦੇ ਆਲੇ-ਦੁਆਲੇ ਸਿੱਖ ਸੈਨਾ ਲਗਾ ਦਿੱਤੀ ਜਾਂਦੀ ਹੈ ਉਹਨਾਂ ਦੀ ਸੁਰੱਖਿਆ ਦੇ ਲਈ ਇੱਕ ਜਥਾ ਉਹ ਬਣਾਇਆ ਜਾਂਦਾ ਜਿਸ ਦੇ ਵਿੱਚ ਆਮ ਸਿੱਖ ਲੋਕ ਸ਼ਾਮਲ ਸਨ ਜੋ ਕਿ ਲੜਨਾ ਨਹੀਂ ਜਾਣਦੇ ਸਨ ਉਹਨਾਂ ਦੀ ਸੁਰੱਖਿਆ ਦੇ ਲਈ ਸਿੱਖ ਸੈਨਿਕਾਂ ਦਾ ਘੇਰਾ ਬਣਾ ਦਿੱਤਾ ਜਾਂਦਾ ਤਾਂ ਕਿ ਉਹ ਸੁਰੱਖਿਅਤ ਰਹਿਣ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਆਪ ਇੱਕ ਜਥੇ ਦੇ ਨਾਲ ਕਿਲੇ ਤੋਂ ਬਾਹਰ ਆਉਂਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਪਾਸਿਓਂ ਪੰਜ ਪਿਆਰਿਆਂ ਤੇ ਦੂਜੇ ਪਾਸੇ ਭਾਈ ਦਿਆ ਸਿੰਘ ਜੀ ਭਾਈ ਆलम ਸਿੰਘ ਜੀ ਤੇ ਭਾਈ ਅਜੈਬ ਸਿੰਘ ਜੀ ਨੇ ਹਥਿਆਰਬੰਦ ਪੁਸ਼ਾਕਾਂ ਪਾ ਕੇ ਹਥਿਆਰਾਂ ਦੇ ਨਾਲ ਉਹਨਾਂ ਦੀ ਸੁਰੱਖਿਆ ਦੇ ਲਈ ਉਹਨਾਂ ਨੂੰ ਦੋਵਾਂ ਪਾਸਿਆਂ ਤੋਂ ਉਹਨਾਂ ਦੇ ਨਾਲ ਤੁਰ ਰਹੇ ਸਨ ਤੇ ਗੁਰੂ ਪਿਤਾ ਦੀ ਅੱਗੇਓ ਪ੍ਰੋਟੈਕਸ਼ਨ ਦੇ ਲਈ ਅੱਗੇਓ ਸੁਰੱਖਿਆ ਕਰਨ ਦੇ ਲਈ ਭਾਈ ਉਦੇ ਸਿੰਘ ਜੀ ਜੋ ਕਿ ਭਾਈ ਮਨੀ ਸਿੰਘ ਜੀ ਦੇ ਪੁੱਤਰ ਸਨ ਤੇ ਭਾਈ ਉਦੇ ਸਿੰਘ ਜੀ ਗੁਰੂ ਜੀ ਦੀ ਫੌਜ ਦੇ ਬਹੁਤ ਵੱਡੇ ਸੈਨਾਪਤੀ ਕਮਾਂਡਰ ਸਨ ਤੇ ਨਾਲ ਹੁੰਦੇ ਨੇ ਗੁਰੂ ਪਿਤਾ ਦੇ ਵੱਡੇ ਸਹਬਜਾਦੇ ਬਾਬਾ ਅਜੀਤ ਸਿੰਘ ਜੀ ਇਸ ਤਰ੍ਹਾਂ ਗੁਰੂ ਜੀ ਦਾ ਜਥਾ ਜਿਨ੍ਹਾਂ ਦੇ ਵਿੱਚ ਕੁਝ ਸਿੱਖ ਪੈਦਲ ਸਨ ਤੇ ਕੁਝ ਸਿੱਖ ਘੋੜਿਆਂ ਤੇ ਸਨ ਤੇ ਬਾਕੀ ਦਾ ਜੋ ਵੀ ਹਥਿਆਰ ਬਰੂਦ ਬੰਦੂਕਾਂ ਵਗੈਰਾ ਸਨ ਉਹਨਾਂ ਨੂੰ ਖੱਤਰਾਂ ਦੇ ਉੱਪਰ ਲੱਦਿਆ ਗਿਆ ਸੀ ਉਧਰ ਦੂਜੇ ਪਾਸੇ 7 ਮਹੀਨਿਆਂ ਦੀ ਘੇਰਾਬੰਦੀ ਵਾਲੇ ਸੈਨਿਕ ਜੋ ਕਿ ਗੁਰੂ ਜੀ ਦੇ ਦੁਸ਼ਮਣ ਸੈਨਿਕ ਸਨ ਉਹਨਾਂ ਨੇ ਵੀ ਰਾਹ ਖਾਲੀ ਕਰ ਦਿੱਤਾ ਸੀ ਵਾਅਦੇ ਦੇ ਮੁਤਾਬਕ ਸਿੰਘ ਜੇਵ ਨੇ ਕੁਰਾਨ ਦੀ ਸੌਂ ਖਾਦੀ ਸੀ ਤੇ ਪਹਾੜੀ ਰਾਜਿਆਂ ਨੇ ਗਊ ਮਾਤਾ ਬਣਾ ਕੇ ਗੁਰੂ ਗੋਬਿੰਦ ਸਿੰਘ ਜੀ ਪਾਸ ਆਟੇ ਦੀ ਗਊ ਭੇਜੀ ਸੀ ਤੇ ਸੌ ਖਾਦੀ ਸੀ ਕਿ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਇਸ ਲਈ ਗੁਰੂ ਪਾਤਸ਼ਾਹ ਦੇ ਜਥੇ ਨੂੰ ਲੰਘਣ ਦੇ ਲਈ ਰਾਹ ਖਾਲੀ ਕਰ ਦਿੱਤੇ ਗਏ ਇਹ ਉਹ ਰਾਤ ਸੀ ਜਦੋਂ ਇਸ ਰਾਤ ਤੋਂ ਪਹਿਲਾਂ ਜਿੱਥੇ ਕਿ ਰੌਣਕਾਂ ਲੱਗੀਆਂ ਰਹਿੰਦੀਆਂ ਸਨ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਕਿਸੇ ਰਾਜੇ ਮਹਾਰਾਜੇ ਤੋਂ ਘੱਟ ਨਹੀਂ ਸੀ ਮਹਿਲਾਂ ਵਿੱਚ ਰਹਿਣ ਵਾਲੇ ਸਹਬਜ਼ਾਦੇ ਅੱਜ ਪੈਦਲ ਤੁਰਨ ਦੇ ਲਈ ਮਜਬੂਰ ਸਨ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਲਿਆ ਆਪਣਾ ਬਚਪਨ ਬਤਾਇਆ ਤੇ ਅੱਜ ਉਹ ਉਸ ਅਨੰਦਪੁਰ ਨੂੰ ਛੱਡ ਕੇ ਜਾਣ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਸਨ ਇਤਿਹਾਸ ਵਿੱਚ ਦਰਜ ਹੈ ਲਿਖਤਕਾਰਾਂ ਨੇ ਲਿਖਿਆ ਹੈ ਕਿ ਜਦੋਂ ਗੁਰੂ ਪਾਤਸ਼ਾਹ ਜੀ ਆਪਣੇ ਜਥੇ ਦੇ ਨਾਲ ਕਿਲੇ ਵਿੱਚੋਂ ਬਾਹਰ ਆਉਂਦੇ ਹਨ ਤਾਂ ਸਹਬਜ਼ਾਦਾ ਅਜੀਤ ਸਿੰਘ ਕਈ ਵਾਰ ਪਿੱਛੇ ਮੁੜ ਕੇ ਕਿਲੇ ਵੱਲ ਨੂੰ ਤੇ ਆਪਣੇ ਸ਼ਹਿਰ ਵੱਲ ਨੂੰ ਬਾਰ-ਬਾਰ ਦੇਖਦੇ ਹਨ ਤੇ ਇੱਕ ਸਿੱਖ ਸੈਨਿਕ ਨੂੰ ਇਹ ਵੀ ਪੁੱਛਦੇ ਹਨ ਕਿ ਇੱਥੇ ਵਾਪਸ ਕਦੇ ਮੁੜ ਕੇ ਆਉਣਾ ਹੋਵੇਗਾ ਵੀ ਜਾਂ ਨਹੀਂ ਤੇ ਉਸ ਸਮੇਂ ਉਹਨਾਂ ਦੇ ਉਹ ਸ਼ਬਦਾਂ ਦੇ ਵਿੱਚ ਇੱਕ ਦਰਦ ਤੇ ਬਿਰਾਗ ਭਰਿਆ ਹੋਇਆ ਸੀ ਕਿ ਉਹ ਵੀ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਤਰ੍ਹਾਂ ਹੀ ਇਸੇ ਹੀ ਗਲੀਆਂ ਦੇ ਵਿੱਚ ਉਹਨਾਂ ਨੇ ਆਪਣਾ ਬਚਪਨ ਬਤਾਇਆ ਸੀ ਜਿਸ ਨੂੰ ਅੱਜ ਉਹ ਛੱਡ ਕੇ ਜਾਣਾ ਨਹੀਂ ਚਾਹੁੰਦੇ ਸਨ ਇਹ ਉਹ ਆਖਰੀ ਰਾਤ ਸੀ ਜਦੋਂ ਗੁਰੂ ਪਰਿਵਾਰ ਉਸ ਆਨੰਦਪੁਰ ਦੇ ਆਨੰਦਗੜ੍ਹ ਕਿਲੇ ਦੀਆਂ ਉਹ ਯਾਦਾਂ ਤੋਂ ਇਲਾਵਾ ਤੇ ਬਾਕੀ ਹਥਿਆਰਾਂ ਤੋਂ ਇਲਾਵਾ ਹੋਰ ਕੁਝ ਵੀ ਆਪਣੇ ਨਾਲ ਲੈ ਕੇ ਨਾ ਗਏ ਤੇ 6 ਪੋ ਦੀ ਰਾਤ ਦਾ ਉਹ ਪਹਿਲਾ ਪਹਿਰ ਸੀ ਰਾਤ ਸ਼ੁਰੂ ਹੋਈ ਸੀ ਤੇ ਹਨੇਰਾ ਹੋ ਚੁੱਕਾ ਸੀ ਤੇ 2 ਦਿਨ ਪਹਿਲਾਂ ਹੀ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੇ ਕਾਰਨ ਬਹੁਤ ਠੰਡੀ ਸੀਤਲ ਹਵਾ ਚੱਲ ਰਹੀ ਸੀ ਤੇ ਨਾਲ ਹੀ ਸਰਦੀ ਦਾ ਮੌਸਮ ਸੀ ਜਿਸ ਕਾਰਨ ਠੰਡ ਦੁੱਗਣੀ ਮਹਿਸੂਸ ਹੋ ਰਹੀ ਸੀ ਇੰਨੀ ਠੰਡ ਦੇ ਵਿੱਚ ਗੁਰੂ ਪਿਤਾ ਆਪਣੇ ਪਰਿਵਾਰ ਤੇ ਆਪਣੇ ਸਿੱਖਾਂ ਤੇ ਸੈਨਿਕਾਂ ਦੇ ਨਾਲ 500 ਸਿੱਖਾਂ ਦੇ ਕਰੀਬ ਜੋ ਜਥਾ ਤਿਆਰ ਕੀਤਾ ਗਿਆ ਸੀ ਉਹਨਾਂ ਨੇ ਆਨੰਦਪੁਰ ਦੇ ਆਨੰਦਗੜ੍ਹ ਕਿਲੇ ਤੋਂ ਚੱਲੇ ਪਾਏ ਆਨੰਦਗੜ੍ਹ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਪਰਿਵਾਰ ਸਭ ਤੋਂ ਪਹਿਲਾਂ ਕਿੱਥੇ ਪਹੁੰਚਿਆ ਕਿਉਂਕਿ ਸਰਸਾ ਨਦੀ ਦੇ ਕਿਨਾਰੇ ਉੱਤੇ ਹੀ ਅਕਸਰ ਇਤਿਹਾਸ ਵਿੱਚ ਅਸੀਂ ਪੜ੍ਹਦੇ ਹਾਂ ਕਿ ਆਨੰਦਗੜ੍ਹ ਦੇ ਕਿਲੇ ਤੋਂ ਬਾਅਦ ਗੁਰੂ ਜੀ ਸਰਸਾ ਨਦੀ ਦੇ ਪਹੁੰਚੇ ਉਸ ਤੋਂ ਪਹਿਲਾਂ ਗੁਰੂ ਜੀ ਕਿੰਨਾ ਕਿੰਨਾ ਥਾਵਾਂ ਤੇ ਰੁਕੇ ਕਿੱਥੋਂ ਕਿੱਥੋਂ ਦੀ ਉਹ ਗਏ ਸਰਸਾ ਨਦੀ ਤੋਂ ਬਾਅਦ ਦੁਸ਼ਮਣਾਂ ਦਾ ਸਾਹਮਣਾ ਕਰਦੇ ਹੋਏ ਜਦੋਂ ਦੁਸ਼ਮਣਾਂ ਨੇ ਆਪਣੀਆਂ ਸੌਹਾਂ ਤੋੜ ਕੇ ਉਹਨਾਂ ਤੇ ਹਮਲਾ ਕੀਤਾ ਤੇ ਇਸ ਤੋਂ ਬਾਅਦ ਪਰਿਵਾਰ ਵਿਛਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਹਿਬ ਪਹੁੰਚੇ ਜਿੱਥੇ ਉਹਨਾਂ ਦਾ ਜੰਦ ਹੋਇਆ ਚਮਕੌਰ ਸਹਿਬ ਪਹੁੰਚਣ ਤੋਂ ਪਹਿਲਾਂ ਗੁਰੂ ਜੀ ਰਸਤੇ ਵਿੱਚ ਕਿੰਨਾ ਕਿੰਨਾ ਥਾਵਾਂ ਤੇ ਕਿੰਨੇ ਕਿੰਨੇ ਸਮੇਂ ਲਈ ਰੁਕੇ ਤੇ ਸਰਸਾ ਨਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜੀ ਨੂੰ ਹੀ ਕਿਉਂ ਚੁਣਿਆ ਕੀ ਕਾਰਨ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੰਗ ਕਰਨ ਦੇ ਲਈ ਯੁੱਧ ਕਰਨ ਦੇ ਲਈ ਚਮਕੌਰ ਦੀ ਗੜੀ ਨੂੰ ਹੀ ਸਹੀ ਸਮਝਿਆ ਇਹਨਾਂ ਸਾਰੇ ਕਾਰਨ ਹਾਲਾਤਾਂ ਦੇ ਬਾਰੇ ਕਿਸੇ ਹੋਰ ਵੀਡੀਓ ਵਿੱਚ ਜਾਣਕਾਰੀ ਦੇਵਾਂਗੇ ਵੀਡੀਓ ਛੱਡਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤੇ ਜੇਕਰ ਤੁਹਾਨੂੰ ਸਿੱਖ ਇਤਿਹਾਸ ਦੇ ਬਾਰੇ ਇਹ ਜਾਣਕਾਰੀ ਮਹੱਤਵਪੂਰਨ ਲੱਗੀ ਹੋਵੇ ਤਾਂ ਇੱਕ ਵੀਡੀਓ ਨੂੰ ਲਾਈਕ ਦੇਣ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਅੱਗੇ ਵੀ ਇਹ ਜਾਣਕਾਰੀ ਨੂੰ ਜ਼ਰੂਰ ਭੇਜ ਦੇਣਾ ਤਾਂ ਕਿ ਇਹ ਸਿੱਖ ਇਤਿਹਾਸ ਜਿਆਦਾ ਤੋਂ ਜਿਆਦਾ ਸਿੱਖ ਸੰਗਤਾਂ ਤੱਕ ਪਹੁੰਚ ਸਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ